तो किया जा दोस्तों, मैं आ गया। तो गाइस यार, इतना टाइम हो गया ना वीडियो बनाई नु, इतना लगता है यार यूट्यूब भी छाड़ के। तो फाइनली गाइस आप आ चुके, क्योंकि मेरी स्ट्रगल पर ही लाइफ चल रहा है जोरा शोरा ना काम, बस यही एक मेन रीजन सी। तो आज लगे आप नूल भूली मॉडिफाइड राइडर, वैसे तो इतना ट्रेंड होने चला गया, जो उस वक्त वीडियो बनाते तो काफी तकड़ा रिस्पॉन्स मिलना है। एनीवेज गाइस, आज आप थोड़ी बहुत पहले तारीफ कर लगे, उस तो बाद आप टेस्ट करेंगे डिफरेंट टाइम पर थ्री एम्प्लीमेंट। तो सबसे पहले तो ब्लैक शेड में गन स्टैप लग गया सलाइंसर, जो क्रोम सलाइंसर ना तो काफी वधिया लग रहा है, क्योंकि ये ब्लैक शेड विच ना इते काफी वधिया लग रहा है, ब्लैक कलर इते लग ही वधिया रहा है, क्रोम उन्ना जचदा नहीं। एंड गाइस यार, जे आप इहदी लाइटिंग दी गल करिए, जो नीचे ग्रीन लाइट चल रही है वो कुछ खास नहीं लग रहा। एंड गाइस यार, हुण आपां इहदा देखदे आं इंटीरियर, एंड कुछ मैं तुहानूं रूफ वगैरह ते दिखाउणा भी क्या क्या लग्गिया। तो इंटीरियर व्यू भी चेक कर सकदे हो, काफी वधिया स्टीयरिंग व्हील भी काफी वधिया तुहानूं अट्रैक्टिव लग रहा। एंड गाइस यार, आपां सब तों उपर जाती मारीए तां 2AK-47 एंड बाबा भिंडरांवाले जी दी तस्वीर लगी है। तो गाइस पहले मैं तुहानूं इस इंप्लीमेंट गौर पर होना, यह है वड़िया सारिया अपनिया तवियां जिन्हों का कोई तोड़ नहीं, तो सटरा रीपर जिदा तुसी तूड़ी वाली मशीन कह सकते हो। तो आ है 5.5 लाख कंबेस्टी वाला अपना ट्राला, नेक्स्ट टाइम आप कुछ होर बेहतर गन्ने वाली ट्राले नाल आप इहदी टेस्टिंग करांगे। तो फिर गाइस चलते आप हुण पाउणे इहदे मगर तूड़ी वाली मशीन ते, देखदे आप इहदा बई जोर। तो यार वीडियो डिले होण करके ना उन्ना मजा जिहा नहीं आ रहा बनाउण दा, तो क्योंकि उस वक्त बनाउंदे ना तो काफी वधिया लगना सी। तो यार चैनल नूं जरूर सबसक्राइब कर लिया करो जे थोड़ा मन करे, या टैली टूलीग्राम ते भी ज्वाइन कर लिया करो, FS20 ਦੇ APK ਵਗੈਰਾ ਉੱਥੇ ਅਪਲੋਡ ਆ, ਉੱਥੇ ਜਾ ਕੇ ਤੁਸੀਂ ਉਹਨੂੰ ਡਾਊਨਲੋਡ ਕਰ ਸਕਦੇ ਹੋ। ਤੋ ਰੈਗੂਲਰ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਮੈਨੂੰ ਤਾਂ ਲੱਗ ਨਹੀਂ ਰਿਹਾ ਵੀ ਇਸ ਤੋਂ ਬਾਅਦ ਵੀ ਕੋਈ ਛੇਤੀ ਵੀਡੀਓ ਬਣ ਪਾਊਗੀ। ਤੋ ਹੁਣ ਆਪਾਂ ਇਹਨੂੰ ਚਲਾਉਂਦੇ ਹਾਂ ਅਤੇ ਦੇਖਦੇ ਹਾਂ ਜ਼ੋਰ ਤੇ ਲਓ ਵੀ ਮੁੰਡਿਓ ਵੀ ਤੂੜੀ ਵਾਲੀ ਮਸ਼ੀਨ ਆਪਣੀ ਹੋ ਗਈ ਸਟਾਰਟ, ਅਤੇ ਆਪਣਾ ਜਿਹੜਾ ਨੂਰ ਉੱਪਰ ਦਾ ਜੌਂਡੀਆ ਦਾ ਬਈ, ਹੁਣ ਤਾਂ ਘੜੀਸੀ ਤੁਰੀ ਜਾਂਦਾ, ਤੋ ਕਾਫੀ ਪਾਵਰਫੁਲ ਆਪਣਾ ਜੌਂਡੀਆ ਟਰੈਕਟਰ ਜਿੱਦਾਂ ਤੁਸੀਂ ਦੇਖ ਸਕਦੇ ਹੋ। ਐਂਡ ਗਾਇਸ ਜੀ, ਆਪਾਂ ਇਹਦੀ ਡਾਊਨਲੋਡ ਦੀ ਗੱਲ ਕਰੀਏ, ਵੈਸੇ ਤੋਂ ਯਾਰ ਮੈਨੂੰ ਲੱਗਦਾ ਸਭੀ ਕੋਲ ਇਹ ਟਰੈਕਟਰ ਹੋਵੇਗੇ, ਬਟ ਜਿਨ੍ਹਾਂ ਕੋਲ ਨਹੀਂ ਹੈ ਤਾਂ ਤੁਸੀਂ ਨਾ ਮੈਂ ਮੈਂਸ਼ਨ ਕੀਤੇ ਉਹ ਚੈਨਲ ਜਿਨ੍ਹਾਂ ਨੇ ਇਸ ਨੂੰ ਬਣਾਇਆ ਉਹਨਾਂ ਦੇ ਚੈਨਲ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ। ਜਾਓ ਜਾਂ ਡਿਸਕ੍ਰਿਪਸ਼ਨ ਚੈੱਕਆਊਟ ਕਰੋ ਅਤੇ ਉੱਥੇ ਜਾ ਕੇ ਤੁਸੀਂ ਇਹਨੂੰ ਡਾਊਨਲੋਡ ਕਰ ਸਕਦੇ ਹੋ, ਕਿਉਂਕਿ ਇਹਨੂੰ ਮੈਂ ਤੋਂ ਬਣਾਇਆ ਨਹੀਂ, ਮੈਂ ਤੋਂ ਸਿਰਫ ਇਹਦਾ ਰਿਵਿਊ ਹੀ ਕਰ ਰਿਹਾ। ਜੇ ਆਪਾਂ ਦੇਖੀਏ ਤਾਂ ਜਿੱਦਾਂ ਇਹਦੇ ਮਗਰ ਤੂੜੀ ਵਾਲੀ ਮਸ਼ੀਨ ਪਈ ਹੈ, ਤੂੰ ਇਹ ਤੋਂ ਯਾਰ ਇੱਦਾਂ ਲੱਗਦਾ ਜਿਵੇਂ ਇਹਦੇ ਮਗਰ ਕੁਛ ਪਾਇਆ ਨਹੀਂ ਹੁੰਦਾ, ਇੰਨਾ ਸਾਇਲੈਂਟ ਟਰੈਕਟਰ ਹੋਣ ਕਰਕੇ ਯਾਰ ਆਵਾਜ਼ ਊਜ ਵੀ ਬਿਲਕੁਲ ਨਹੀਂ ਦੇ ਰਿਹਾ। ਤੂੰ ਇੰਨੀ ਪਾਵਰਫੁਲ ਟਰੈਕਟਰ ਯਾਰ, ਮੈਂ ਕਦੇ ਸੋਚਿਆ ਵੀ ਨਹੀਂ ਸੀ ਵੀ ਇੰਨਾ ਪਾਵਰਫੁਲ ਹੋ ਸਕਦਾ, ਕਿਉਂਕਿ ਤੁਸੀਂ ਦੇਖ ਸਕਦੇ ਹੋ ਇੰਨੀ ਸਪੀਡ ਤੇ 10 ਦੀ ਸਪੀਡ ਤੇ ਤੂੜੀ ਵਾਲੀ ਮਸ਼ੀਨ ਨੂੰ ਲਈ ਜਾਂਦਾ। ਜਿੱਦਾਂ ਤੁਸੀਂ ਦੇਖ ਰਹੇ ਹੋਵੋਗੇ ਵੀ ਤੂੜੀ ਵਾਲੀ ਮਸ਼ੀਨ ਤੋਂ ਬਿਲਕੁਲ ਓਕੇ ਆ, ਤੋ ਇਸ ਨਾਲ ਤੁਸੀਂ ਤੂੜੀ ਤਾੜੀ ਬਣਾ ਲਿਆ ਕਰੋ ਯਾਰ। ਹੁਣ ਤੋਂ ਵੈਸੇ ਸੀਜ਼ਨ ਵੀ ਲੰਘ ਗਿਆ ਯਾਰ, ਤੋ ਆਪਾਂ ਇਹਨੂੰ ਇੱਥੇ ਡੀਟੈਚ ਕਰ ਦਿੰਦੇ ਤੇ ਹੁਣ ਪਾਵਾਂਗੇ ਆਪਾਂ ਇਹਦੇ ਮਗਰ ਆਪਣੀਆਂ ਹੈਵੀ ਬੜੀਆਂ ਸਾਰੀਆਂ ਤਵੀਆਂ, ਤੋ ਉਹਨਾਂ 'ਤੇ ਪਤਾ ਲੱਗੂਗੇ ਕਿੰਨੀ ਕੀ ਸਪੀਡ ਦੇ ਰਿਹਾ ਕਿੰਨੀ ਕੁ ਨਹੀਂ ਦੇ ਰਿਹਾ। ਜਿੱਥੋਂ ਤੱਕ ਮੈਨੂੰ ਲੱਗਦਾ ਯਾਰ, ਮੈਨੂੰ ਤਾਂ ਇੱਦਾਂ ਲੱਗਦਾ ਉਹਨਾਂ ਨੂੰ ਵੀ ਇਹ ਘੜੀਸੀ ਫਿਰੂਗਾ। ਤੋ ਫਟਾਫਟ ਆਪਾਂ ਲੈ ਕੇ ਚੱਲਦੇ ਪਾਉਣੇ ਤਵੀਆਂ, ਤੋ ਲਾਸਟ 'ਤੇ ਪਾਵਾਂਗੇ ਆਪਣਾ 5.5 ਲੱਖ ਕੰਬਾਈਸਟੀ ਵਾਲਾ ਟਰਾਲਾ। ਤੋ ਗਾਇਸ ਯਾਰ, ਇਹ ਵਾਲੀਆਂ ਤਵੀਆਂ ਤੋਂ ਬਈ ਕਾਫੀ, ਇਹਨਾਂ ਦੀ ਜੇ ਆਪਾਂ ਅਕਾਊਂਟਿੰਗ ਕਰੀਏ ਤਾਂ ਤੁਸੀਂ ਕਰ ਸਕਦੇ ਹੋ, ਮੇਰਾ ਤਾਂ ਨਹੀਂ ਕਰਨ ਵਾਲਾ, ਇੰਨੀਆਂ ਤਵੀਆਂ ਯਾਰ ਕਿਵੇਂ ਖਿੱਚੂਗਾ। ਤੋ ਗਾਇਸ ਯਾਰ, ਜੇ ਆਪਾਂ ਇਹਦੀ ਰੀਅਲ ਲਾਈਫ ਵਿੱਚ ਗੱਲ ਕਰੀਏ ਤਾਂ ਬਈ ਇੰਨੀਆਂ ਤਵੀਆਂ ਨਹੀਂ ਖਿੱਚ ਸਕਦਾ ਜੀ, ਬਟ ਯਾਰ ਮੈਨੂੰ ਇੱਦਾਂ ਲੱਗਦਾ ਬਈ ਗੇਮ ਵਿੱਚ ਤੋਂ ਇਹ ਲੈ ਜੂਗਾ। ਤੋ ਫਿਰ ਫਟਾਫਟ ਆਪਾਂ ਇਹਨੂੰ ਅਟੈਚ ਕਰ ਲੈਣਾ, ਤੋ ਦੇਖਦੇ ਹਾਂ ਜ਼ੋਰ ਆਪਣੇ ਨੂਰ ਉੱਪਰ ਫੁੱਲੀ ਮੋਡੀਫਾਈ ਜਾਉਂਦੀ ਯਾਰ ਦਾ। ਤੋ ਗਾਇਸ ਯਾਰ, ਆਹ ਜਿਹੜੀ ਵਾਲੀ ਲਾਈਟਿੰਗ ਨਾ ਨੀਚੇ ਚੱਲ ਰਹੀ ਹੈ ਯਾਰ, ਮੈਨੂੰ ਇਹ ਠੀਕ ਨਹੀਂ ਲੱਗ ਰਹੀ ਯਾਰ, ਇਹ ਤਾਂ ਮੈਨੂੰ ਕੁਛ ਵੀ ਠੀਕ ਨਹੀਂ ਲੱਗ ਰਹੀ। ਤੋ ਤਵੀਆਂ ਹੋ ਗਈਆਂ ਅਟੈਚ, ਤੋ ਸਪੀਡ ਲੈ ਰਿਹਾ ਇਸ ਵਕਤ 10, 11, 12, 13, 14, ਮੈਨੂੰ ਲੱਗਦਾ 50 ਸਪੀਡ ਇਹਦੀ ਲਾਸਟ ਹੋਊਗੀ। ਤੋ ਗਾਇਸ ਯਾਰ, ਵੀ ਕਾਫੀ ਸਪੀਡ ਨਾਲ ਇਹ ਜਾ ਰਿਹਾ, ਤੁਸੀਂ ਦੇਖ ਸਕਦੇ ਹੋ 11 ਕਵਰ ਕਰਦੀਆਂ ਤੂੜੀਆਂ ਆਉਂਦੀਆਂ। ਤੋ ਮੈਂ ਜੇ ਇਹਦੀ ਗੱਲ ਕਰਾਂ ਵੀ ਤਵੀਆਂ 'ਤੇ ਵੀ ਬਿਲਕੁਲ ਓਕੇ ਆ, ਤੋ ਕਹਿ ਲਓ ਵੀ ਆਪਣੀ ਤੂੜੀਆਂ ਵਾਲੀ ਮਸ਼ੀਨ 'ਤੇ ਬਿਲਕੁਲ ਓਕੇ ਸੀ। ਤੋ ਇਹਨੂੰ ਆਪਾਂ ਇੱਥੇ ਡੀਟੈਚ ਕਰ ਦਿੰਦੇ ਹਾਂ, ਕਿਉਂਕਿ ਟਾਈਮ ਜਿਹੜਾ ਇਜਾਜ਼ਤ ਨਹੀਂ ਦਿੰਦਾ, ਨਾ ਤਾਂ ਮੈਨੂੰ ਦੇ ਰਿਹਾ ਨਾ ਤੁਹਾਨੂੰ ਦੇ ਰਿਹਾ। ਤੋ ਇਸ ਕਰਕੇ ਆਪਾਂ ਫਟਾਫਟ ਹੁਣ ਲਾਸਟ ਆਪਣਾ ਇੰਪਲੀਮੈਂਟ ਕਹਿ ਲਓ ਵੀ ਟਰਾਲੇ ਨੂੰ ਆਪਾਂ ਹੁਣ ਇਸ ਮਗਰ ਪਾਉਂਦੇ ਹਾਂ। ਤੋ ਇੰਨੀ ਕੰਪੈਸਟੀ ਕਹਿ ਲਓ ਵੀ ਹੋਰ ਟਰੈਕਟਰ ਇਸ ਨੂੰ ਖਿੱਚ ਸਕਦੇ ਆ। ਤੋ ਮੈਂ ਇਸ ਵਕਤ ਮੇਰੇ ਕੋਲ ਟਾਈਮ ਹੀ ਨਹੀਂ ਸੀ, ਮੈਂ ਇਹਦੀ ਥੋੜ੍ਹੀ ਕੰਪੈਸਟੀ ਲੋ ਕਰ ਲਾਂ, ਬਟ ਕੋਈ ਗੱਲ ਨਹੀਂ ਗਾਇਸ, ਆਪਾਂ ਇਹਨੂੰ ਇੱਕ ਵਾਰ ਫਟਾਫਟ ਫਿਲ ਕਰ ਲੈਣਾ। ਤੋ ਦੇਖਦੇ ਹਾਂ ਜ਼ੋਰ ਕੀ ਪਤਾ ਇਹਨੂੰ ਖਿੱਚ ਲੇ। ਤੋ ਗਾਇਸ ਯਾਰ, ਤੁਸੀਂ ਦੇਖ ਸਕਦੇ ਹੋ ਬਈ ਜਿਹੜੇ ਇਹਦੇ ਬੈਕ ਟਾਇਰ ਆ ਉਹਨਾਂ ਨੂੰ ਤਾਂ ਟਰਾਲੇ ਨੇ ਦੱਬ ਹੀ ਲਿਆ, ਬਈ ਸਲਿੱਪ ਵੀ ਨਹੀਂ ਦੇ ਰਹੇ, ਬਟ ਫਰੰਟ ਵਾਲੇ ਟਾਇਰ ਥੋੜ੍ਹਾ ਬਹੁਤਾ ਆਪਣਾ ਕੰਮ ਕਰ ਰਿਹਾ ਜਿੱਥੋਂ ਤੱਕ ਉਹਨਾਂ ਨੂੰ ਲੱਗਿਆ। ਤੋ ਗਾਇਸ ਯਾਰ, ਇਹ ਵੈਸੇ ਮੈਂ ਤੋਂ ਇੱਕ ਇਹ ਕਹਿ ਲਓ ਵੀ ਕੁਛ ਬੈਲੈਂਸ ਹੀ ਨਹੀਂ ਇਹਦਾ ਬਣ ਰਿਹਾ, ਕਿਉਂਕਿ ਇੰਨੀ ਕੰਪੈਸਟੀ ਯਾਰ ਇੰਪੋਸੀਬਲ ਵਾਲਾ ਤੁਸੀਂ ਦੇ ਸਕਦੇ ਬੋਟਮ ਵਿੱਚ 5.5 ਲੱਖ ਇਹਦਾ ਕਹਿ ਲਓ ਵੀ ਕੰਪੈਸਟੀ ਸੀਗੀ ਟਰਾਲੇ ਦੀ। ਤੋ ਨੈਕਸਟ ਟਾਈਮ ਆਪਾਂ ਗੰਨੇ ਗੁੰਨੇ ਵਾਲੀਆਂ ਟਰਾਲੀਆਂ ਨੂੰ ਉਹ ਕਰਾਂਗੇ ਰਿਵਿਊ, ਉਹਨਾਂ ਨਾਲ ਆਪਾਂ ਇਹਦੀ ਬਹੁਤ ਹੀ ਟੈਸਟਿੰਗ ਕਰਾਂਗੇ। ਤੋ ਅੱਜ ਲਈ ਤੋਂ ਗਾਇਸ ਇੰਨੇ ਸੀ ਯਾਰ, ਕਹਿ ਲਓ ਵੀ 26 ਹੋ ਗਏ ਸੀ ਆਪਣੀ ਵੀਡੀਓ ਆਈ ਨੂੰ। ਤੋ ਮੈਨੂੰ ਇੱਦਾਂ ਲੱਗ ਰਿਹਾ ਸੀ ਯਾਰ ਮੈਥੋਂ ਅੱਜ ਤੋਂ ਬਾਅਦ ਵੀਡੀਓ ਨਹੀਂ ਬਣਨੀ, ਬਟ ਯਾਰ ਆਪਾਂ ਕੋਸ਼ਿਸ਼ ਕੀਤੀ, ਇੱਦਾਂ ਹੀ ਕਰਦੇ ਇਹਨਾਂ ਨੇ ਚਾਹੀਦਾ, ਕਿਸੇ ਵੀ ਕੰਮ ਵਿੱਚ ਇੱਦਾਂ ਤਾਂ ਅਪ ਡਾਊਨ ਆਉਂਦੇ ਰਹਿੰਦੇ ਆ।
कह लो भी कम नहीं छड़ना चाहिए, जिदा भी कम चलाने पैंता सारा कुछ, जे चलता रहे तो फिर काफ़ी वधिया आइडिया आते रहते, नहीं तो कह लो भी बस मैंड रुक ही जाता। तो आप टाइम कढ़िया तो जल्दी फिर टाइम कढ़ांगे यार, इतक झोना सीज आता जाता पता नहीं उदो निकलू टाइम नहीं निकलू, वो तो हूँ रब नूं पता। तो अज लई तो गाइस इन्ना ही, थैंक्स फॉर वाचिंग सारा का, चैनल में जरूर सबसक्राइब करा करो यार, इन फ्यूचर में ट्राई करांगे कुछ बेहतर बनाने की। एंड गाइस यार जाते जाते अपने इंस्टाग्राम से जरूर फॉलो करो, लिंक मिलती थोड़ा डिस्क्रिप्शन में, तो जे मन करे तो बाय बाय।